ਤਾਂ ਹੁਣ ਜਿਹੜਾ ਬ੍ਰਿਜ ਭੂਸ਼ਣ ਦੁਆਰਾ ਕੁਕਰਮ ਕੀਤਾ ਗਿਆ ਹੈ ਪਹਿਲਾ ਨੀਗਾ ਇਹਦੇ ਚ ਸੇਗਰ ਵਰਗੇ ਨੇ ਇਹਦੇ ਚ ਚਮੀਆ ਆਨੰਦ ਵਰਗੇ ਨੇ ਕਈ ਨੇ ਇਹਦੇ ਚ ਤਾਂ ਇਹ ਇੱਕ ਪੂਰੀ ਦੀ ਪੂਰੀ ਕਹਾਣੀ ਤੁਰਦੀ ਆਉਂਦੀ ਏ ਮਨੂ ਸਮ੍ਰਿਤੀ ਨੂੰ ਲਾਗੂ ਕਰਨ ਵਾਸਤੇ ਜਿਹੜੀ ਇਹ ਕਹਿੰਦੀ ਏ ਕਿ ਔਰਤ ਜਿਹੜੀ ਏ ਉਹ ਪੈਰ ਦੀ ਜੁੱਤੀ ਏ ਔਰਤ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੀਦਾ ਔਰਤ ਮਰਦ ਦੇ ਕੇਵਲ ਭੋਗਣ ਦੀ ਚੀਜ਼ ਤਾਂ ਮੈਂ ਸਮਝਦਾ ਕਿ ਇੱਕ ਬੰਦੇ ਦੁਆਰਾ ਇਹ ਕੀਤਾ ਹੋਇਆ ਕੁਕਰਮ ਨਹੀਂ ਇਹ ਪੂਰੀ ਆਈਡੀਓਲੋਜੀ ਹੈ ਹੁਣ ਰਾਖੀ ਕਿਹਦੀ ਹੋ ਰਹੀ ਏ ਇਹ ਇੰਨਾ ਪਰਪੰਚ ਇੱਕ ਬ੍ਰਿਜ ਭੂਸ਼ਣ ਦੀ ਰਾਖੀ ਵਾਸਤੇ ਨਹੀਂ ਰਚਿਆ ਹੋਇਆ ਇਹ ਜਿਹੜਾ ਪਰਪੰਚ ਰਚਿਆ ਹੋਇਆ ਏ ਇਹ ਅਸਲ ਵਿੱਚ ਉਸ ਜਿਹੜੀ ਮਨੂ ਸਮ੍ਰਿਤੀ ਨੂੰ ਲਾਗੂ ਕਰਦੀ ਹੈ ਰਿਓਲ ਜੀ ਉਹਦੀ ਰਾਖੀ ਨਹੀਂ ਰਚਿਆ ਹੋਇਆ ਠੀਕ ਹੈ 20 ਦਿਨ ਹੋ ਗਏ ਸਾਨੂੰ ਇਹ ਲੱਗਦਾ ਕਿ ਜਦੋਂ ਵੀ ਕੋਈ ਜੰਗ ਛਿੜਦੀ ਹੈ ਤਾਂ ਉਹ ਕਿਸੇ ਇੱਕ ਧਿਰ ਦੀ ਮਰਜ਼ੀ ਦੇ ਨਾਲ ਖਤਮ ਨਹੀਂ ਹੁੰਦੀ ਜਾਂ ਜੰਗ ਕਦੇ ਵੀ ਤੈਅ ਨਹੀਂ ਹੁੰਦਾ ਕਿ ਜੰਗ ਕਿੰਨੇ ਦਿਨ ਚੱਲੇਗੀ ਜੰਗ ਨੇ ਖਤਮ ਹੋਣਾ ਇੱਕ ਧਿਰ ਦੇ ਹਾਰਨ ਨਾਲ ਤੇ ਇੱਕ ਧਿਰ ਦੇ ਜਿੱਤਣ ਨਾਲ ਜੰਗ ਜਾਰੀ ਹੈ ਜਿਸ ਤਰ੍ਹਾਂ ਦਾ ਇਹ ਸਵਾਲ ਕਿ ਸੂਰਜ ਡੁੱਬੇਗਾ ਹੁਣ ਕਿ ਨਹੀਂ ਡੁੱਬੇਗਾ ਡੁੱਬਣ ਤੋਂ ਬਾਅਦ ਸੂਰਜ ਚੜੇਗਾ ਕਿ ਨਹੀਂ ਚੜੇਗਾ ਜਿਵੇਂ ਦਾ ਇਹ ਬੇਬੁਨਿਆਦ ਸਵਾਲ ਹੈ ਨਾ ਉਵੇਂ ਦਾ ਹੀ ਬੇਬੁਨਿਆਦ ਸਵਾਲ ਹੈ ਕਿ ਕੀ ਇਹ ਇਨਸਾਫ ਮਿਲੇਗਾ ਨਹੀਂ ਇਨਸਾਫ ਮਿਲੇਗਾ ਵਿਸ਼ਵਾਸ ਹੈ ਜਿੰਨਾ ਸੂਰਜ ਦਾ ਡੁੱਬਣਾ ਤੇ ਸੂਰਜ ਦਾ ਚੜ੍ਹਨਾ ਅਟਲ ਹੈ ਓਨਾ ਹੀ ਸਾਨੂੰ ਅਟਲ ਵਿਸ਼ਵਾਸ ਹੈ ਕਿ ਬ੍ਰਿਜ ਭੂਸ਼ਣ ਜਿਹੜਾ ਉਹ ਸਲਾਖਾਂ ਦੇ ਪਿੱਛੇ ਹੋਵੇਗਾ ਹਾਂ ਟਾਈਮ ਲੱਗ ਸਕਦਾ ਕੋਈ ਗੱਲ ਨੀ ਕਿਸੇ ਜੰਗ 20 ਦਿਨ ਚ ਖਤਮ ਨਹੀਂ ਹੋ ਜਾਂਦੀ ਹੋ ਸਕਦਾ ਹੈ ਜੰਗ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਹੋਰ ਚੱਲੇ ਜਿੰਨਾ ਚਿਰ ਜੰਗ ਚੱਲੇਗੀ ਅਸੀਂ ਇਹਦੇ ਨਾਲ ਖੜਾਂਗੇ ਇਹਦਾ ਸਹਿਯੋਗ ਕਰਾਂਗੇ ਉਦੋਂ ਤੱਕ ਜਦੋਂ ਤੱਕ ਜਿੱਤਦੇ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਪਿੱਛੇ ਪੂਰਾ ਸਿਸਟਮ ਹੈ ਉਹ ਸਿਸਟਮ ਜਿਹੜਾ ਬੇਸ਼ੱਕ ਪ੍ਰਸ਼ਾਸਨਿਕ ਸਿਸਟਮ ਹੋਵੇ ਉਹ ਪੋਲੀਟੀਕਲ ਦਾ ਪੂਰਾ ਸਿਸਟਮ ਹੋਵੇ ਇੱਥੋਂ ਤੱਕ ਕਿ ਉਹ ਅਦਾਲਤੀ ਸਿਸਟਮ ਹੋਵੇ ਹਰ ਕਿਸਮ ਦਾ ਜਿਹੜਾ ਲਗਭਗ ਇੱਕ ਵੱਡਾ ਹਿੱਸਾ ਮੀਡੀਆ ਦਾ ਵੀ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਬਹੁਤ ਵੱਡਾ ਹਿੱਸਾ ਸਿਸਟਮ ਦਾ ਮੇਰੇ ਨਾਲ ਹੈ ਤਾਂ ਉਹਦੇ ਵਿੱਚੋਂ ਹੰਕਾਰ ਬੋਲਦਾ ਹੈ ਉਹਦਾ ਜੋ ਵੀ ਉਹ ਕੁਛ ਉਹ ਕਹਿ ਰਿਹਾ ਹੰਕਾਰ ਬੋਲਦਾ ਪਰ ਉਹਨੂੰ ਇਹ ਨਹੀਂ ਪਤਾ ਹਰ ਜ਼ੁਲਮ ਦੀ ਇਹੋ ਕਹਾਣੀ ਕਰਨਾ ਜ਼ੁਲਮ ਤੇ ਮੂੰਹ ਦੀ ਖਾਣੀ ਮੋਦੀ ਦਾ ਹਿਟਲਰ ਨੂੰ ਖਾਣੀ ਪਈ ਸੀ ਇਹ ਕਿਹੜੇ ਖੇਤ ਦੀ ਮੂਲੀ ਥੁੱਕ ਕੇ ਤਾਂ ਮੋਦੀ ਨੂੰ ਚੱਟਣਾ ਪਿਆ ਸੀ ਇਹ ਕਿਹੜੇ ਖੇਤ ਦੀ ਮੂਲੀ ਹੈ ਤਾਂ ਇੱਕ ਦਿਨ ਹੋਵੇਗਾ ਜ਼ਰੂਰ ਸਲਾਖਾਂ ਪਿੱਛੇ ਪਰ ਇਹ ਉਹਦਾ ਹੰਕਾਰ ਹੈ ਇਸੇ ਹੰਕਾਰ ਨੇ ਉਹਨੂੰ ਲੈ ਕੇ ਪਿਆ ਪਖੰਡ ਹੈ ਜਿਹੜੀਆਂ ਮਹਿਲਾ ਉਹਨਾਂ ਦੀਆਂ ਮੰਤਰੀ ਵੀ ਹੈਗੀਆਂ ਨੇ ਉਹੀ ਹੈ ਜਦੋਂ ਦਿੱਲੀ ਦੇ ਵਿੱਚ ਇੱਕ ਬੱਸ ਦੇ ਵਿੱਚ ਬਲਾਤਕਾਰ ਹੋਇਆ ਸੀ ਤਾਂ ਕੀ ਮਤਲਬ ਇਹਨਾਂ ਨੇ ਪਖੰਡ ਕੀਤਾ ਕਿਤੇ ਰੋਈਆਂ ਕਿਤੇ ਕਰ ਲਾਈਆਂ ਬਹੁਤ ਕੁਛ ਪਰ ਅੱਜ ਨਹੀਂ ਉਹਨਾਂ ਨੂੰ ਜਾਂਦਾ ਕਿਉਂ ਔਰਤ ਹੁੰਦਿਆਂ ਹੋਇਆਂ ਵੀ ਉਹ ਆਪ ਵੀ ਦੂਰੀ ਗੁਲਾਮੀ ਦਾ ਸ਼ਿਕਾਰ ਨੇ ਇੱਕ ਤਾਂ ਔਰਤ ਉਸ ਗੁਲਾਮੀ ਦਾ ਸ਼ਿਕਾਰ ਜਿਹੜੀ ਪੂਰੇ ਸਮਾਜ ਦੇ ਵਿੱਚ ਹੈ ਆ ਇਹਦੇ ਤੋਂ ਬਿਨਾਂ ਉਹ ਇੱਕ ਦੂਰੀ ਗੁਲਾਮੀ ਕਿ ਉਹਨਾਂ ਨੇ ਸਿਆਸਤ ਦੇ ਵਿੱਚ ਰਹਿਣਾ ਸਿਆਸਤ ਦੇ ਵਿੱਚ ਜਿਹੜਾ ਮਰਦ ਹੈ ਉਹਦੇ ਜਿਹੜਾ ਭਾਰੂ ਹੈ ਤਾਂ ਉਹ ਭਾਰੂ ਜਿਹੜਾ ਮਰਦ ਹੈ ਉਹਦੀ ਵੀ ਗੁਲਾਮੀ ਉਹ ਜਿਹੜੀ ਨਾ ਮੰਤਰੀ ਕਰ ਰਹੀਆਂ ਨੇ ਤਾਂ ਉਹਨਾਂ ਦੇ ਵੱਸ ਦਾ ਰੋਗ ਹੀ ਨਹੀਂ ਕਿ ਉਹ ਕੁਝ ਬੋਲ ਜਾਣ ਕਿਉਂਕਿ ਉਹ ਕੇਵਲ ਕਠਪੁਤਲੀਆਂ ਨੇ ਕਠਪੁਤਲੀਆਂ ਮਾਲਕ ਦੇ ਇਸ਼ਾਰੇ ਤੇ ਨੱਚਦੀਆਂ ਨੇ ਮਾਲਕ ਕਦੇ ਵੀ ਆਪਦੇ ਖਿਲਾਫ਼ ਇਸ਼ਾਰਾ ਕਰਕੇ ਉਹਨਾਂ ਨੂੰ ਨਹੀਂ ਨਚਾਉਂਦਾ।